ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਆਪਾਂ ਉਹਨਾਂ ਲਈ ਲੈ ਕੇ ਆਏ ਹਾਂ ਜਿਨ੍ਹਾਂ ਦੇ ਘਰ ਦੇ ਵਿੱਚ ਆਫ ਗ੍ਰਿੱਡ ਸੋਲਰ ਲੱਗਾ ਹੋਇਆ ਜਾਂ ਲਵਾਉਣਾ ਚਾਹੁੰਦੇ ਆ। ਅਕਸਰ ਹੀ ਜਿਨ੍ਹਾਂ ਘਰਾਂ ਦੇ ਵਿੱਚ ਆਫ ਗ੍ਰਿੱਡ ਸੋਲਰ ਲੱਗਾ ਹੋਇਆ ਉਹ ਇਹ ਸੋਚਦੇ ਆ ਵੀ ਯਾਰ ਅਸੀਂ ਪੈਸੇ ਵੀ ਲਾਤੇ ਅਤੇ ਸਾਡਾ ਬਿੱਲ ਬੁੱਲ ਤਾਂ ਬਚਿਆ ਕੋਈ ਨਹੀਂ। ਕੀ ਇਹ ਸਾਰਿਆਂ ਨਾਲ ਹੀ ਹੁੰਦਾ? ਤੁਸੀਂ ਵੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਹਾਡੇ ਘਰ ਆਫ ਗ੍ਰਿੱਡ ਸੋਲਰ ਲੱਗਾ ਅਤੇ ਤੁਹਾਨੂੰ ਕਿੰਨੀ ਬੱਚਤ ਹੋਈ ਆ। ਦੇਖੋ ਇਹ ਚੀਜ਼ ਆ ਵੀ ਮੈਂ ਨਾ ਇਸ ਨੂੰ ਸਲਾਉਣ ਲੱਗਾ ਅਤੇ ਨਾ ਨਿੰਦਣ ਲੱਗਾ। ਕੁਛ ਕੁ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਵੀ ਤੁਹਾਨੂੰ ਫਾਇਦਾ ਕਿਉਂ ਨਹੀਂ ਹੋ ਰਿਹਾ। ਜੇਕਰ ਤੁਸੀਂ ਵੀ ਆਫ ਗ੍ਰਿੱਡ ਲਵਾਉਣਾ ਚਾਹੁੰਦੇ ਆ ਤਾਂ ਇਹ ਵੀਡੀਓ ਲਾਜ਼ਮੀ ਦੇਖਿਓ, ਤੁਹਾਡੇ ਕੰਮ ਆਊਗੀ ਕਿਉਂਕਿ ਆਪਾਂ ਇਹਦੇ ਵਿੱਚ ਕੁਛ ਡਿਟੇਲ ਤੁਹਾਨੂੰ ਦਿਖਾਉਣ ਲੱਗੇ। ਇਹਦੇ ਸੈਟਅਪ ਪਹਿਲਾਂ ਦੇਖਿਓ ਮੇਰਾ ਪੂਰਾ, ਵੀਡੀਓ ਲਾਜ਼ਮੀ ਦੇਖਿਓ ਤੁਹਾਡੇ ਕੰਮ ਆਊਗੀ ਕਿਉਂਕਿ ਆਪਾਂ ਇਹਦੇ ਵਿੱਚ ਕੁਛ ਡਿਟੇਲ ਤੁਹਾਨੂੰ ਦਿਖਾਉਣ ਲੱਗੇ। ਇਹਦੇ ਸੈਟਅਪ ਪਹਿਲਾਂ ਦੇਖਿਓ ਮੇਰਾ ਪੂਰਾ। ਮੈਂ ਇੱਥੇ 500 ਵਾਟ ਦੇ ਪੈਨਲ ਲਗਾਏ ਹੋਏ ਆ, 250 ਵਾਟ 250 ਵਾਟ ਦੋਨਾਂ ਨੂੰ ਸੀਰੀਜ਼ ਕਰਕੇ। ਇਹ ਹੈ ਤਾਂ ਵੈਸੇ 12 ਵੋਲਟ ਵਾਲੇ ਜਿਹੜੇ ਕਿ 20 ਵੋਲਟ ਕੱਢਦੇ ਹੁੰਦੇ ਅਤੇ ਮੈਂ ਦੋਨਾਂ ਨੂੰ ਨਾ ਸੀਰੀਜ਼ ਕੀਤਾ ਅਤੇ ਵੋਲਟੇਜ ਇਹਦੇ ਵੱਧ ਗਏ। ਨਹੀਂ ਇਹਦੇ 20 ਵੋਲਟੇਜ ਹੁੰਦੇ ਆ ਅਤੇ ਇੱਥੇ ਇਹਦੇ ਵੋਲਟੇਜ ਹੋ ਗਏ 40। 40 ਵੋਲਟੇਜ ਦੇ ਲਈ ਬੈਟਰੀ ਆਪਾਂ ਕਰ ਲਈ ਆ 12 ਵੋਲਟ ਚਾਰਜ, ਅਤੇ ਇਹਦੇ ਲਈ ਫਿਰ ਆਪਾਂ ਨੂੰ ਕੀ ਚਾਹੀਦਾ ਜੀ? ਇਹਦੇ ਲਈ ਜਿਵੇਂ ਇਨਵਰਟਰ ਆਪਾਂ ਨੂੰ ਚਾਹੀਦਾ MPPT ਵਾਲਾ, ਆਹ ਵਾਲਾ ਕਾਰਡ ਹੁੰਦਾ MPPT, ਵੇਖ ਸਕਦੇ ਹੋ। ਆਹ ਦੋਨੋਂ ਸੋਲਰ ਦੀਆਂ ਤਾਰਾਂ ਆਗੀਆਂ 40 ਵੋਲਟ। ਇਹਦੀ VOC ਹੁੰਦੀ ਆ ਪਿੱਛੇ ਲਿਖੀ ਹੋਈ 15 ਵੋਲਟ ਤੋਂ ਲੈ ਕੇ ਅਤੇ 49.6 ਵੋਲਟੇਜ, ਯਾਨੀ 50 ਵੋਲਟੇਜ ਤੱਕ ਆਪਾਂ ਇਹਨੂੰ ਦੇ ਸਕਦੇ ਹਾਂ ਇਸ ਕਾਰਡ ਤੋਂ। ਇਸ ਕਾਰਡ ਦਾ ਕੰਮ ਇਹ ਹੁੰਦਾ ਵੀ ਇੱਥੋਂ ਇਹਨੇ, ਕਿਉਂਕਿ ਸੋਲਰ ਤੋਂ ਆਪਾਂ ਨੂੰ DC ਸਪਲਾਈ ਮਿਲਦੀ ਆ ਅਤੇ ਉਹ ਸਪਲਾਈ ਇਹਨੇ ਬੈਟਰੀ ਦੇ ਵਿੱਚ ਭੇਜਣੀ ਆ। ਇੱਥੋਂ ਦਿਖਾਈ ਆਹ ਅੰਪੇਅਰ ਤੁਸੀਂ ਵੇਖ ਸਕਦੇ ਹੋ 13.34 ਵੋਲਟੇਜ ਆ ਅਤੇ 18.4546 ਮੰਨ ਕੇ ਚਲੋ 18.5 ਅੰਪੇਅਰ ਆਪਾਂ ਬੈਟਰੀ ਦੇ ਵਿੱਚ ਭੇਜ ਰਹੇ ਹਾਂ। ਇਹ ਚੀਜ਼ਾਂ ਡਿਟੇਲ ਦੇ ਨਾਲ ਮੈਂ ਬਣਾ ਰਿਹਾ ਕਿਉਂਕਿ ਇਹ ਆਪਣੇ ਇਸ ਵੀਡੀਓ ਦੇ ਵਿੱਚ ਅੱਗੇ ਕੰਮ ਆਉਣੀਆਂ। ਹੁਣ ਹੁੰਦਾ ਕੀ ਆ, ਆਪਣਾ ਇਹ ਸੋਚ ਹੁੰਦੀ ਆ, ਅਕਸਰ ਹੀ ਮੈਨੂੰ ਫੋਨ ਵੀ ਆਉਂਦੇ ਆ, ਯਾਰ ਦੋਸਤ ਵੀ ਕਹਿੰਦੇ ਆ ਯਾਰ ਸਾਡੇ ਵੀ ਇੱਕ ਅੱਧੀ ਪਲੇਟ ਹੀ ਲਾ ਦੇ ਸਾਡੀ, ਚੱਲ ਬੈਟਰੀ ਚਾਰਜ ਹੁੰਦੀ ਰਹੂਗੀ। ਦੇਖੋ ਜੇ ਤਾਂ ਤੁਸੀਂ ਇੱਕ ਅੱਧੀ ਪਲੇਟ ਲਗਾਉਣੀ ਆ ਅਤੇ ਨਾਲ ਘਰ ਦਾ ਲੋਡ ਚਲਾਉਣਾ, ਫਿਰ ਤਾਂ ਮਤਲਬ ਕਿ ਤੁਸੀਂ ਇਹ ਸਮਝ ਲਓ ਤੁਸੀਂ ਪੈਸੇ ਹੀ ਖਰਾਬ ਕਰਨ ਜਾ ਰਹੇ ਹਾਂ। ਜੇਕਰ ਤੁਸੀਂ ਪੂਰਾ ਫਾਇਦਾ ਲੈਣਾ ਘੱਟੋ ਘੱਟ 1000 ਵਾਟ ਦੇ ਪੈਨਲ ਤੁਸੀਂ ਛੱਤ 'ਤੇ ਲਾਓ ਜੀ, ਜਿਵੇਂ ਕਿ ਅੱਜ ਕੱਲ੍ਹ 540 ਵਾਟ ਦਾ ਪੈਨਲ ਆਉਂਦਾ ਉਹ ਤੁਸੀਂ 2 ਲਾ ਦਿਓ ਪੈਰਲਲ ਦੇ ਵਿੱਚ ਕਰ ਦਿਓ ਅਤੇ ਨਾਲ MPPT ਚਾਰਜ ਕੰਟਰੋਲਰ ਲਗਾ ਦਿਓ ਅਤੇ ਉਹਦੇ ਨਾਲ ਤੁਹਾਡਾ ਜਿਹੜਾ ਮਸਲਾ ਉਹ ਹੱਲ ਹੋ ਜੂਗਾ। ਹੁਣ ਇੱਕ ਚੀਜ਼ ਮੈਂ ਇੱਥੇ ਤੁਹਾਨੂੰ ਹੋਰ ਦੱਸਣੀ ਚਾਹੁੰਦਾ, ਜਿਵੇਂ ਆਹ ਮੈਂ ਤੁਹਾਨੂੰ ਦਿਖਾਈ ਆ ਵੀ 18 ਅੰਪੇਅਰ ਦੇ ਨਾਲ ਇਹ ਬੈਟਰੀ ਚਾਰਜ ਹੋ ਰਹੀ ਆ। ਇਸ ਸਮੇਂ ਜਿਹੜਾ ਇਹਦਾ ਪਲੱਗ ਆ ਉਹ ਕੱਢਿਆ ਹੋਇਆ ਜੀ ਮੇਰਾ, ਯਾਨੀ ਆਪਾਂ ਬਿਜਲੀ ਮਹਿਕਮੇ ਤੋਂ ਗ੍ਰਿੱਡ ਤੋਂ ਕੁਛ ਨਹੀਂ ਲੈ ਰਹੇ, ਆਪਣੇ ਛੱਤ ਤੋਂ ਬਿਜਲੀ ਬਣਦੀ ਆ ਅਤੇ ਆਪਾਂ ਬੈਟਰੀ ਦੇ ਵਿੱਚ ਭਰਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਜੋ ਲੋਡ ਚਲਾਉਣਾ ਹੋਇਆ ਉਦੋਂ ਬੈਟਰੀ ਤੋਂ ਚਲਾ ਕੇ ਅਤੇ ਆਪਣਾ ਜਿਹੜਾ ਘਰ ਦਾ ਲੋਡ ਆ ਉਹ ਚੱਲ ਪੂਗਾ। ਪਰ ਇਹ ਗੱਲ ਸੁਣਨ ਦੇ ਵਿੱਚ ਬਹੁਤ ਵਧੀਆ ਲੱਗਦੀ ਆ, ਤੁਹਾਨੂੰ ਐਂ ਲੱਗਦਾ ਹੋਊਗਾ ਵੀ ਆਹ ਤਾਂ ਵਧੀਆ ਕੰਮ ਆ, ਛੱਤ ਤੋਂ ਬਿਜਲੀ ਆਈ ਇਹਦੇ 'ਚ ਭਰੀ ਅਤੇ ਆਪਾਂ ਚਲਾ ਲਈ। ਜੇ ਇਸ ਤਰ੍ਹਾਂ ਹੋਵੇ ਤਾਂ ਫਿਰ ਬਿੱਲ ਕਿਉਂ ਨਹੀਂ ਘੱਟਦਾ ਤੁਹਾਡਾ? ਇਹ ਵੀ ਇੱਕ ਸੋਚਣ ਵਾਲੀ ਗੱਲ ਆ ਕਿਉਂਕਿ ਜਿੰਨਿਆਂ ਦੇ ਵੀ ਆਫ ਗ੍ਰਿੱਡ ਲੱਗਾ ਹੋਇਆ ਛੋਟੇ ਸਿਸਟਮ ਲੱਗੇ ਹੋਏ ਆ, ਜ਼ਿਆਦਾ ਤੋਂ ਜ਼ਿਆਦਾ 20% ਦਾ ਫਰਕ ਪੈ ਸਕਦਾ, ਜ਼ਿਆਦਾ ਨਹੀਂ, ਉਹ ਵੀ ਜੇ ਤੁਸੀਂ ਸੰਕੋਚ ਕੇ ਚਲਾਓ ਤਾਂ। ਹੁਣ ਦੇਖੋ ਜੇ ਆਪਣੇ ਘਰ ਦੇ ਵਿੱਚ ਇਹ ਸਿਸਟਮ ਲੱਗਾ ਹੋਇਆ, ਇਹ ਤਾਂ ਹੈ ਨਹੀਂ ਗਾ ਉੱਥੇ ਵੀ ਆਪਾਂ ਸਿਰਫ ਬੈਟਰੀ ਹੀ ਚਾਰਜ ਕਰਨੀ ਆ, ਦਿਨੇ ਪੱਖੇ ਵੀ ਚਲਾਉਣੇ ਪੈਂਦੇ ਆ ਨਾ,
ਦੋ ਪੱਖੇ ਤਾਂ ਨੋਰਮਲ ਛੱਤ ਵਾਲੇ ਆਪਣੇ ਘਰ ਦੇ ਵਿੱਚ ਚੱਲਦੇ ਆ, ਨਾਲ ਹੋਰ ਵੀ ਨਿੱਕਾ ਮੋਟਾ ਲੋਡ ਹੁੰਦਾ। ਮੰਨ ਕੇ ਚਲੋ ਮੈਂ ਇੱਥੇ ਇਹਦੇ 'ਤੇ ਲੋਡ ਪਾ ਰਿਹਾ, ਇਹ ਲੋਡ ਪਾਇਆ ਆਪਣਾ 200 ਬੱਲਬ ਦਾ, 200 ਵਾਟ ਦਾ ਪੈਕ ਬੱਲਬ ਜਗਾਇਆ ਜੀ, ਠੀਕ ਆ ਜੀ। ਇਹ ਤੁਸੀਂ ਉਹ ਮੰਨੋ ਵੀ ਦੋ ਛੱਤ ਵਾਲੇ ਪੱਖੇ ਚੱਲ ਪਏ। ਇੱਧਰ ਮੈਂ ਤੁਹਾਨੂੰ ਦਿਖਾਉਣਾ, 18 ਅੰਪੇਅਰ ਸੋਲਰ ਤੋਂ ਆ ਰਹੇ ਸੀ ਨਾ, ਮੈਂ ਹੁਣ ਇੱਥੇ ਚਲਾਉਣ ਲੱਗਾ ਜੀ ਇੱਕ ਬੱਲਬ, ਤੁਸੀਂ ਮੰਨੋ ਵੀ ਦੋ ਛੱਤ ਵਾਲੇ ਪੱਖੇ ਆ, ਅਤੇ ਆ ਵੇਖੋ ਕਿੱਧਰ ਗਏ ਅੰਪੇਅਰ, 5 ਤੋਂ 6 ਅੰਪੇਅਰ ਰਹਿ ਗਏ, 12 ਅੰਪੇਅਰ ਕਿੱਧਰ ਗਏ। ਜਿਹੜੀ ਬੈਟਰੀ 'ਚ 18 ਅੰਪੇਅਰ ਜਾ ਰਹੇ ਸੀ ਉਹ ਰਹਿ ਗਏ 6 ਅੰਪੇਅਰ, ਜਿਹੜੇ 12 ਅੰਪੇਅਰ ਆ ਉਹ ਆਪਣੇ ਲੋਡ ਨੇ ਖਾ ਲਏ, ਯਾਨੀ ਕਿ ਜੋ ਸੋਲਰ ਤੋਂ ਬਿਜਲੀ ਆ ਰਹੀ ਆ ਉਹ ਆਪਣੇ ਘਰ ਦੇ ਲੋਡ ਨੇ ਖਾ ਲਈ। ਇਹ ਜਿੰਨ ਕਿ ਮੈਂ ਗੱਲ ਕਰਦਾ ਵੀ ਜੇ ਆਪਣਾ ਘੱਟ ਪਲੇਟਾਂ ਲਗਾਉਣੇ ਉਦੋਂ, ਹੁਣ ਦੇਖੋ ਦੋ ਛੱਤ ਵਾਲੇ ਪੱਖਿਆਂ ਨਾਲ ਤਾਂ ਗੱਲ ਨਹੀਂ ਬਣਦੀ, ਕਈ ਘਰਾਂ 'ਚ ਕੈਮਰੇ ਹੁੰਦੇ, ਮੋਬਾਈਲ ਚਾਰਜ ਹੁੰਦਾ, ਨਿੱਕਾ ਨਿੱਕਾ ਲੋਡ ਹੋਰ ਵੀ ਹੁੰਦਾ, ਆਪਾਂ ਨਾਲ ਉਹ ਵੀ ਚਲਾ ਦਿੰਦੇ ਹਾਂ ਜੀ, 100 ਵਾਟ ਹੋਰ ਪਾ ਦਿੱਤਾ। ਹੁਣ ਲੋਡ ਹੋ ਗਿਆ ਜੀ, ਇੱਥੇ 0 ਆ, ਜੇ ਮੈਂ ਇਹਨੂੰ ਡਾਇਰੈਕਸ਼ਨ ਸਵਿੱਚ ਇੱਧਰ ਕਰਦਾ, ਆਹ ਤੁਸੀਂ ਵੇਖ ਸਕਦੇ ਹੋ ਕਿ ਹੈ ਹੁਣ ਵੀ 6 ਅੰਪੇਅਰ ਹੀ, ਪਰ ਆਹ ਸਵਿੱਚ ਮੈਂ ਇੱਧਰ ਨੂੰ ਕੀਤੀ ਆ। ਹੁਣ ਇਹ ਜਿਹੜੀ ਇਸ ਸਮੇਂ ਸੋਲਰ ਤੋਂ ਬਿਜਲੀ ਆ ਰਹੀ ਆ ਉਹ ਬੈਟਰੀ ਨੂੰ ਚਾਰਜ ਕਰਨ ਦੀ ਬਜਾਏ ਬੈਟਰੀ ਨੂੰ ਖਾ ਰਿਹਾ, 6 ਅੰਪੇਅਰ ਵਾਪਸ ਲੈ ਰਿਹਾ। ਹੁਣ ਬੈਟਰੀ ਫਿਰ ਆਪਣੀ ਕਿਵੇਂ ਚਾਰਜ ਹੋਊਗੀ, ਹੈ ਨਾ। ਅਤੇ ਜਿਹੜਾ ਇਹ ਪੀਕ ਲੈਵਲ ਆ ਇਹ 10 ਵਜੇ ਤੋਂ ਲੈ ਕੇ 3 ਵਜੇ ਤੱਕ ਹੀ ਮੰਨਿਆ ਜਾਂਦਾ, ਕਿਉਂਕਿ 10 ਵਜੇ ਤੋਂ ਪਹਿਲਾਂ ਵੀ ਸੂਰਜ ਦੀ ਰੋਸ਼ਨੀ ਇੰਟਰੈਕਸ਼ਨ ਚੇਂਜ ਹੋ ਜਾਂਦੀ ਆ, 3 ਵਜੇ ਤੋਂ ਬਾਅਦ ਵੀ ਸੂਰਜ ਦੂਜੇ ਪਾਸੋਂ ਹੋ ਜਾਂਦਾ, ਹੈ ਨਾ। ਉਹਦੇ ਨਾਲ ਕੀ ਹੁੰਦਾ ਕਿ ਉਸ ਸਮੇਂ ਦੇ ਵਿੱਚ ਜਿਹੜੀ ਆਪਾਂ ਨੂੰ ਐਨਰਜੀ ਆ ਸੂਰਜ ਦੀ ਉਹ ਪੂਰੀ ਨਹੀਂ ਮਿਲਦੀ। ਅਤੇ ਜਿਵੇਂ ਹੁਣ ਤੁਸੀਂ, ਹੁਣ ਤਾਂ ਚਲੋ ਟਾਈਮ ਹੈਗਾ 2 ਵਜੇ ਦਾ, ਅਤੇ 2 ਵਜੇ ਯਾਨੀ ਇਹ ਹਾਲ ਆ, ਅਤੇ ਜਿਵੇਂ ਸ਼ਾਮ ਨੂੰ 3 ਵਜੇ ਤੋਂ ਬਾਅਦ ਜਿਵੇਂ ਜਿਵੇਂ ਸੂਰਜ ਛਿਪਦਾ ਗਿਆ ਇਹਦੀ ਜਿਹੜੀ ਬੈਟਰੀ ਆ ਉਹ ਜ਼ਿਆਦਾ ਖਾਲੀ ਹੁੰਦੀ ਜਾਣੀ ਆ। ਸ਼ਾਮ ਨੂੰ 8 ਵਜੇ ਕੀ ਹੋਊਗਾ ਕਿ ਜਿਹੜਾ ਆਪਣਾ ਇਹ ਵਾਲਾ ਪਲੱਗ ਆ ਇਹ ਆਟੋਮੈਟਿਕ ਹੀ ਗ੍ਰਿੱਡ ਦੇ ਨਾਲ ਕਨੈਕਟ ਹੋ ਜਾਊਗਾ, ਇਹ ਤਾਂ ਮਤਲਬ ਚਲੋ ਲਾ ਕੇ ਰੱਖਿਆ ਸੀ ਨਾ। ਫਿਰ ਕੀ ਹੋਊਗਾ ਕਿ ਬੈਟਰੀ ਗ੍ਰਿੱਡ ਤੋਂ ਚਾਰਜ ਹੋਊਗੀ, ਜਿੰਨੀ ਕੁ ਆਪਾਂ ਦਿਨੇ ਬਿਜਲੀ ਬਚਾਈ ਸੀ ਉਨੀ ਕੁ ਬੈਟਰੀ ਨੂੰ ਭਰਨ 'ਤੇ ਲੱਗ ਜਾਣੀ ਆ ਜੀ। ਇਸ ਲਈ ਜਿਹੜਾ ਆਪਣਾ ਬਿਜਲੀ ਦਾ ਬਿੱਲ ਉਹ ਜ਼ਿਆਦਾ ਨਹੀਂ ਬਚਦਾ। ਖੈਰ ਜਿਹੜੇ ਸੋਲਰ ਵਾਲੇ ਇਨਵਰਟਰ ਹੁੰਦੇ ਆ ਇਹਦੇ ਵਿੱਚ ਇੱਕ ਆਪਸ਼ਨ ਹੁੰਦੀ ਆ ਵੀ ਤੁਸੀਂ ਗ੍ਰਿੱਡ ਤੋਂ ਜਿਹੜੀ ਚਾਰਜਿੰਗ ਆ ਉਹ ਬੰਦ ਕਰ ਸਕਦੇ ਆ, ਅਤੇ ਉਹਦੇ ਨਾਲ ਬੈਨੀਫਿਟ ਵੀ ਇਹ ਆ ਅਤੇ ਨੁਕਸਾਨ ਵੀ ਆ। ਜੇਕਰ ਜ਼ਿਆਦਾ ਪਾਵਰ ਕੱਟ ਲੱਗਦਾ ਤਾਂ ਫਿਰ ਕਈ ਵਾਰੀ ਸ਼ਾਮ ਨੂੰ ਜਿਵੇਂ ਕਿ 8 ਵਜੇ ਤੱਕ ਤਾਂ ਬੈਟਰੀ ਦਾ ਇੱਕ ਲੈਵਲ ਹੁੰਦਾ ਜਿਵੇਂ 11.8 ਵੋਲਟ ਹੀ, ਅਤੇ ਜਦੋਂ ਆਈ ਉਦੋਂ ਆਪਦੇ ਆਪ ਹੀ ਗ੍ਰਿੱਡ ਨੇ ਕਨੈਕਟ ਕਰ ਲੈਣਾ ਹੁੰਦਾ। ਕਈਆਂ ਦਾ ਇਹ ਲੈਵਲ ਇਸ ਤੋਂ ਘੱਟ ਸੈੱਟ ਕੀਤਾ ਹੁੰਦਾ ਵੀ ਥੋੜ੍ਹਾ ਜ਼ਿਆਦਾ ਅਸੀਂ ਬੱਚਤ ਕਰੀਏ, ਪਰ ਜੇ ਤਾਂ ਤੁਹਾਡਾ ਗ੍ਰਿੱਡ ਦੇ ਨਾਲ ਕਨੈਕਟ ਚਾਰਜ ਹੈਗਾ ਫਿਰ ਤਾਂ ਇਹਨੇ ਚਾਰਜ ਕਰਨ ਲੱਗ ਪੈਣਾ, ਨਹੀਂ ਤਾਂ ਚਲੋ ਚਾਰਜ ਤਾਂ ਨਹੀਂ ਕਰ ਦੂਗੀ ਪਰ ਜਿਹੜਾ ਗ੍ਰਿੱਡ ਆ ਉਹ ਬਿਜਲੀ ਬਾਈਪਾਸ ਹੋਊਗਾ, ਯਾਨੀ ਕਿ ਜਿਹੜਾ ਤੁਹਾਡਾ ਘਰ ਦਾ ਲੋਡ ਆ ਉਹ ਗ੍ਰਿੱਡ 'ਤੇ ਹੀ ਚੱਲੂਗਾ, ਇਹਦੇ ਵਿੱਚ ਦੀ ਬਾਈਪਾਸ ਹੁੰਦਾ ਰਹੂਗਾ। ਉਹਦਾ ਜੀ ਨੁਕਸਾਨ ਇਹ ਆ ਵੀ ਜੇ ਚਾਰਜ ਨਹੀਂ ਹੁੰਦੀ ਰਾਤ ਨੂੰ ਪਾਵਰ ਕੱਟ ਲੱਗ ਗਿਆ ਤਾਂ ਤੁਸੀਂ ਪੱਖੀਆਂ ਵੀ ਤੁਹਾਨੂੰ ਰਾਤ ਨੂੰ ਝੱਲਣੀਆਂ ਪੈ ਸਕਦੀਆਂ ਜੀ। ਮੇਰਾ ਕਹਿਣ ਦਾ ਭਾਵ ਇਹ ਆ ਵੀ ਜੇ ਤੁਸੀਂ ਇਹ ਸੋਚਦੇ ਹੋ ਨਾ ਵੀ ਅਸੀਂ ਛੱਤ 'ਤੇ 1 ਜਾਂ 2 ਪਲੇਟਾਂ ਲਾਈਏ ਅਤੇ ਸਾਨੂੰ ਪੂਰਾ ਬੈਨੀਫਿਟ ਮਿਲੇ ਸੋਲਰ ਦਾ, ਤਾਂ ਨਹੀਂ ਹੋ ਸਕਦਾ, ਉਹ ਪੈਸੇ ਨਾ ਖਰਾਬ ਕਰਿਓ। ਤੁਸੀਂ ਉਹਦੀ ਜਗ੍ਹਾ 'ਤੇ ਘੱਟੋ ਘੱਟ ਕਿਲੋਵਾਟ ਦਾ ਸੋਲਰ ਲਾਓ। ਕਿਲੋਵਾਟ ਦਾ ਸੋਲਰ ਮੰਨ ਕੇ ਚਲੋ ਮੈਂ ਮੋਟਾ ਮੋਟਾ ਦੱਸਦਾ, ਕੁਛ ਵੀਰ ਨਾਰਾਜ਼ ਵੀ ਹੋ ਜਾਣਗੇ ਸੋਲਰ ਲਾਉਣ ਵਾਲੇ ਵੀ ਰੇਟ ਦਾ ਤੂੰ ਦੱਸ ਰਿਹਾ ਵਾ, ਪਰ ਮੈਂ ਤੁਹਾਨੂੰ ਅੰਦਾਜ਼ਾ ਦੱਸਦਾ ਵੀ ਇਹ 11,000 ਦੀ ਪਲੇਟ ਆਊਗੀ ਇੱਕ, 540 ਵਾਟ ਦੀ, ਦੋ ਪਲੇਟਾਂ ਤੁਹਾਡੀਆਂ 20-22,000 ਦੀਆਂ, ਨਾਲ MPPT ਇਹ ਲਾ ਦਿਓ ਜੀ ਇਨਵਰਟਰ, ਜਿਹੜਾ ਕਿ 7-8,000 ਰੁਪਏ ਦਾ ਬੈਟਰੀ ਨੂੰ ਚਾਰਜ ਕਰਨ ਵਾਸਤੇ ਸਿੰਗਲ ਨੂੰ,
ਕਿਉਂਕਿ MPPT ਹੀ ਚਾਰਜ ਕਰੂਗਾ। ਜੇਕਰ ਤੁਸੀਂ PWM ਲਾਇਆ ਫਿਰ ਤੁਹਾਨੂੰ ਜਿਹੜੀਆਂ ਪਲੇਟਾਂ ਇਹ ਲਾਉਣੀਆਂ ਪੈਣੀਆਂ, ਗਿਣਤੀ ਜ਼ਿਆਦਾ ਲਾਉਣੀ ਪਊਗੀ। ਜਿਵੇਂ ਇਹ ਵਾਲੀਆਂ ਪਲੇਟਾਂ 250-250 ਵਾਟ ਦੀਆਂ 4 ਲਾਉਣੀਆਂ ਪੈਣੀਆਂ ਜੀ, ਚੌਵਾਂ ਨੂੰ ਪੈਰਲਲ ਕਰਨਾ ਪਊਗਾ, ਫਿਰ ਉਹ 1000 ਵਾਟ ਬਣੂਗਾ। ਇੱਕ ਤਾਂ ਉਹਦੇ ਨਾਲ ਇਹ ਪਲੇਟ ਥੋੜ੍ਹੀ ਮਹਿੰਗੀ ਹੁੰਦੀ ਆ, ਜਿਹੜੀ 24 ਵੋਲਟ ਵਾਲੀ ਆ 540 ਵਾਟ ਵਾਲੀ ਉਹ ਸਸਤੀ ਹੁੰਦੀ ਆ। ਪਹਿਲਾਂ ਇਹ ਪਲੇਟਾਂ 350 ਵਾਟ 330 ਵਾਟ ਵਾਲੀਆਂ ਆਉਂਦੀਆਂ ਸੀ, ਹੁਣ ਇਹ ਜਿਵੇਂ ਜਿਵੇਂ ਟੈਕਨੋਲੋਜੀ ਅੱਪ ਹੋ ਗਈ ਆ ਅਤੇ ਇਹ ਚੀਜ਼ਾਂ ਉਹ ਆਪਣੀ ਐਫੀਸ਼ੈਂਸੀ ਇਹਦੀ ਆਪਾਂ ਨੂੰ ਜ਼ਿਆਦਾ ਮਿਲਦੀ ਆ। ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਜਦੋਂ ਆਪਣੀ ਛੱਤ 'ਤੇ ਪੈਨਲ ਲੱਗ ਜਾਂਦੇ ਨਾ, ਆਪਾਂ ਨੂੰ ਇਹ ਹੁੰਦਾ ਵੀ ਹੁਣ ਆਪਾਂ ਖਿੱਚ ਲਈਏ ਕੰਮ, ਫਰਿੱਜ ਵੀ ਇਹ 'ਤੇ ਚਲਾ ਦਈਏ, ਟੁੱਲੂ ਪੰਪ ਵੀ ਇਹ 'ਤੇ ਚਲਾਈਏ, ਜਿੰਨਾ ਘਰ ਦਾ ਲੋਡ ਆ ਬੇਫਿਕਰ ਹੋ ਕੇ ਚਲਾਈਏ। ਉਹ ਆਪਾਂ ਉਸ ਤੋਂ ਜ਼ਿਆਦਾ ਲੋਡ ਪਾ ਕੇ ਅਤੇ ਬਿੱਲ ਆਪਦੇ ਆਪ ਹੀ ਜ਼ਿਆਦਾ ਵਧਾ ਲੈਂਦੇ ਹਾਂ ਜੀ, ਕਿਉਂਕਿ ਜਦੋਂ ਅਕਸਰ ਬੱਲਬ ਜਗਣਾ ਬਿਜਲੀ ਦੇ ਨਾਲ ਹੀ ਜਗੂਗਾ, ਬਿਜਲੀ ਤਾਂ ਖਾਣੀ ਹੀ ਖਾਣੀ ਹੈ ਨਾ ਉਹਨੇ, ਚਾਹੇ ਉਹ ਜਿਵੇਂ ਮਰਜ਼ੀ ਖਾਵੇ। ਪਰ ਆਪਾਂ ਨੂੰ ਇਹ ਹੁੰਦਾ ਵੀ ਆਪਣੇ ਸੋਲਰ ਲੱਗਾ, ਆਪਾਂ ਨੂੰ ਕਿਹੜਾ ਹੁਣ ਬਿੱਲ ਆਉਣਾ, ਇਹਦੇ ਚੱਕਰ ਦੇ ਵਿੱਚ ਹੀ ਕਈ ਲੋਕ ਬਿੱਲ ਵਧਾ ਲੈਂਦੇ ਆ। ਇਸ ਲਈ ਜਦੋਂ ਵੀ ਮੰਨ ਕੇ ਚੱਲੋ ਤੁਸੀਂ ਆਪਣੇ ਘਰ ਦੇ ਵਿੱਚ ਸੋਲਰ ਲਗਾਓ, ਉਹਨੂੰ ਜਿਵੇਂ ਨੋਰਮਲ ਆਪਾਂ ਬੱਚਤ ਦੇ ਨਾਲ ਜੇਕਰ ਤੁਸੀਂ ਕੰਮ ਕਰੋਗੇ ਫਿਰ ਇਹਦਾ ਫਾਇਦਾ ਹੋਊਗਾ, ਨਹੀਂ ਤਾਂ ਤੁਹਾਡਾ ਜਿਹੜਾ ਬਿੱਲ ਉਹ ਜ਼ਿਆਦਾ ਆਉਣਾ ਹੀ ਆਉਣਾ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ ਗੀ। ਪਲੇਟਾਂ ਦੀ ਗਿਣਤੀ ਪੂਰੀ ਰੱਖੋ। ਹਾਂ, ਇੱਕ ਗੱਲ ਹੋਰ ਮੈਂ ਦੱਸਣੀ ਚਾਹੁੰਦਾ, ਅੱਜ ਕੱਲ੍ਹ ਨਾ ਜਿਵੇਂ ਕਿ ਕੁਛ ਫੂਡ ਦਾ ਕੰਮ ਕਰਦੇ ਆ, ਫੂਡ ਦੇ ਕੰਮ ਦੇ ਲਈ 2-2 ਪਲੇਟਾਂ ਲਾ ਲੈਂਦੇ ਆ 540 ਵਾਟ ਦੀਆਂ, ਉਹਨਾਂ ਦਾ ਕੰਮ ਉਹ ਅਲੱਗ ਆ, ਕਿਉਂਕਿ ਉੱਥੇ ਉਹਨਾਂ ਦਾ ਲੋਡ ਉਨਾ ਕੀ ਹੁੰਦਾ। ਇੱਕ ਤਾਂ ਬੈਟਰੀ ਉਹ ਘਰੋਂ ਚਾਰਜ ਕਰ ਲੈਂਦੇ ਆ, ਕੁਛ ਜਿੰਨਾ ਕਈ ਵਾਰੀ ਗੰਨੇ ਦਾ ਜੂਸ ਕੱਢਦੇ ਆ ਮਸ਼ੀਨ, ਹੈ ਨਾ, ਉਹ ਉਨੀ ਕੁ ਖਪਤ ਹੁੰਦੀ ਆ, ਉਨੀ ਕੁ ਚਲੋ ਚਾਰਜ ਹੋਈ ਜਾਂਦੀ ਆ, ਉਹਨਾਂ ਦੇ ਲਈ ਉਹ ਬੈਸਟ ਆ। ਜਾਂ ਜਿੱਥੇ ਬਿਜਲੀ ਦੀ ਸਪਲਾਈ ਹੈ ਨਹੀਂ ਗੀ, ਉਹਨਾਂ ਦੇ ਲਈ ਵੀ ਉਹ ਬੈਸਟ ਆ। ਚਲੋ ਦਿਨੇ ਬੰਦਾ ਸੰਕੋਚ ਕੇ ਚਲਾ ਲੈਂਦਾ ਅਤੇ ਦਿਨੇ ਬੈਟਰੀ ਚਾਰਜ ਕਰ ਲੈਂਦਾ ਅਤੇ ਰਾਤ ਨੂੰ ਉਹ ਆਪਣਾ ਇਹਦੇ ਤੋਂ ਵਰਤ ਲੈਂਦਾ। ਪਰ ਜ਼ਿਆਦਾਤਰ ਪੰਜਾਬ ਦੇ ਵਿੱਚ ਇਹੋ ਜਿਹੇ ਜਗ੍ਹਾ ਹੈ ਨਹੀਂ ਗੀ, ਜੇਕਰ ਆਪਾਂ ਘਰ ਦੇ ਵਿੱਚ ਇਹ ਲਗਾਉਂਦੇ ਹਾਂ ਨਾ ਸੋਲਰ, ਅਤੇ ਉੱਥੇ ਫਿਰ ਆਪਾਂ ਨੂੰ ਆਫ ਗ੍ਰਿੱਡ ਦਾ ਇਸ ਲਈ ਜ਼ਿਆਦਾ ਬੈਨੀਫਿਟ ਨਹੀਂ ਮਿਲਦਾ, ਕਿਉਂਕਿ ਆਪਾਂ ਉਹਦੀ ਵਰਤੋਂ ਜ਼ਿਆਦਾ ਕਰ ਲੈਂਦੇ ਹਾਂ, ਇਹਦੇ ਵਿੱਚ ਘੱਟ ਭੇਜਦੇ ਹਾਂ। ਜਿੰਨਾ ਆਪਾਂ ਬੈਟਰੀ ਦੇ ਵਿੱਚ ਵੱਧ ਭੇਜਾਂਗੇ ਕਰੰਟ, ਉਨਾ ਹੀ ਆਪਣਾ ਬਿਜਲੀ ਦਾ ਬਿੱਲ ਦਾ ਫਾਇਦਾ ਹੋਊਗਾ ਜੀ। ਬਸ ਇਹੀ ਆ ਵੀ ਤੁਹਾਡੇ ਜਿਹੜੀਆਂ ਪਲੇਟਾਂ ਉਹ ਪੂਰੀਆਂ ਲੱਗੀਆਂ ਹੋਣ, ਅਤੇ ਜਿਹੜਾ ਲੋਡ ਤੁਸੀਂ ਚਲਾਉਣਾ ਹੈ ਨਾ ਉਹ ਨਜਾਇਜ਼ ਨਾ ਚਲਾਓ, ਸੰਕੋਚ ਕੇ ਚਲਾਓ, ਫਿਰ ਤੁਹਾਡਾ ਬਿਜਲੀ ਦਾ ਜਿਹੜਾ ਬਿੱਲ ਆ ਉਹ ਕੁਛ ਹੱਦ ਤੱਕ ਵੱਧ ਬਚਤ ਹੋ ਸਕਦੀ ਆ। ਅੱਜ ਦੀ ਵੀਡੀਓ ਇੱਦੀ ਸੀ ਜੀ, ਵੇਖਣ ਲਈ ਧੰਨਵਾਦ ਜੀ।